ਕੈਨੇਡਾ ਵੱਲੋਂ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ। ਹਰੇਕ ਪੰਜਾਬੀ ਨੂੰ ਹੋਵੇਗਾ $200 ਦਾ ਫਾਇਦਾ। ਮਤਲਬ ਕਿ ਇੱਕ $200 ਬਿਲਕੁਲ ਫ੍ਰੀ ਆਫ ਕੋਸਟ ਪੰਜਾਬੀ ਆਪਣਾ ਲੈ ਸਕਦਾ ਹੈ। ਪੰਜਾਬੀ ਉਸ $200 ਨੂੰ ਕਨਵਰਟ ਕਰਵਾ ਸਕਦਾ ਹੈ ਆਪਣੇ ਫੂਡ ਡਿਪਾਰਟਮੈਂਟ ਦੇ ਵਿੱਚ, ਕਿਉਂਕਿ ਕੈਨੇਡਾ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਗ੍ਰੈਸਰੀ ਫੂਡ ਸਟੋਰ ਓਪਨ ਹੋ ਚੁੱਕਿਆ। ਜੇਕਰ ਆਪਾਂ ਉਸ ਸਟੋਰ ਦੀ ਗੱਲ ਕਰੀਏ, ਜਿੱਥੇ ਉਹ ਸਟੋਰ ਓਪਨ ਹੋਇਆ, ਪਹਿਲਾਂ ਉਸ ਜਗ੍ਹਾ 'ਤੇ ਇੱਕ ਸ਼ਰਾਬ ਦਾ ਠੇਕਾ ਹੁੰਦਾ ਸੀ। ਉਸ ਗੌਰਮੈਂਟ ਨੇ ਉਸ ਸ਼ਰਾਬ ਦੇ ਠੇਕੇ ਨੂੰ ਬੰਦ ਕਰ ਦਿੱਤਾ। ਬੰਦ ਕਰਨ ਤੋਂ ਬਾਅਦ ਉੱਥੇ ਇੱਕ ਫੂਡ ਡਿਪਾਰਟਮੈਂਟ, ਮਤਲਬ ਕਿ ਜੋ ਉਧਰਲੀ ਸਰਬੀਨਾ ਬੈਂਕ ਹੈ, ਉਸ ਨੇ ਉੱਥੇ ਫੂਡ ਡਿਪਾਰਟਮੈਂਟ ਓਪਨ ਕੀਤਾ ਗਿਆ। ਉਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਪੰਜਾਬੀ, ਬਹੁਤ ਸਾਰੇ ਭਾਰਤੀ, ਬਹੁਤ ਸਾਰੇ ਆਲ ਓਵਰ ਵਰਲਡ ਦੇ ਵਿੱਚੋਂ ਡੋਨੇਸ਼ਨ ਦੇ ਰਹੇ ਆ। ਪਰ ਉਹ ਜੋ ਫਾਇਦਾ ਹੈ ਉਹ ਲੋੜਵੰਦਾਂ ਲਈ ਸਭ ਤੋਂ ਅਹਿਮ ਹੈ। ਮਤਲਬ ਕਿ ਕੋਈ ਵੀ ਪੰਜਾਬੀ ਹੈ, ਚਾਹੇ ਕੋਈ ਵੀ ਕੈਨੇਡੀਅਨ ਹੈ, ਉਸ ਸਟੋਰ ਦੇ ਉੱਤੇ ਜਾ ਕੇ $200 ਤੱਕ ਦਾ ਆਪਣਾ ਫੂਡ ਲੈ ਸਕਦਾ ਹੈ। ਜੇਕਰ ਉਹ ਫੈਮਿਲੀ ਦੇ ਵਿੱਚ ਇੱਕ ਮੈਂਬਰ ਆ, ਚਾਹੇ ਦੋ ਮੈਂਬਰ ਆ, ਚਾਰ ਮੈਂਬਰ ਆ, ਜਾਂ ਫਿਰ 6 ਮੈਂਬਰ ਆ, ਉਸ ਦੇ ਵਿੱਚ ਉਹਨਾਂ ਨੇ ਹਰੇਕ ਟਾਈਪ ਦਾ ਫੂਡ ਇਨਵੋਲਵ ਕੀਤਾ ਹੈ। ਮਤਲਬ ਕਿ ਨੌਨ ਵੈੱਜ ਅਤੇ ਵੈੱਜ ਦੋਨੋਂ ਚੀਜ਼ਾਂ ਹੀ ਉਸ ਦੇ ਵਿੱਚ ਸ਼ਾਮਲ ਆ। ਮਹਿੰਗਾਈ ਦੀ ਦਰ ਨੂੰ ਦੇਖਦੇ ਹੋਏ, ਪਰਿਵਾਰਾਂ ਦੀ ਲੋੜ ਲਈ, ਮਤਲਬ ਕਿ ਲੋਕਾਂ ਦੀ ਹੈਲਪ ਕਰਨ ਲਈ, ਉਹਨਾਂ ਨੇ ਇਸ ਫੂਡ ਨੂੰ ਓਪਨ ਕੀਤਾ ਹੈ, ਇਸ ਸਟੋਰ ਨੂੰ ਓਪਨ ਕੀਤਾ ਹੈ। ਰਜੀਨਾ ਫੂਡ ਬੈਂਕ, ਜੋ ਉੱਥੋਂ ਦੀ ਇੱਕ ਬਹੁਤ ਹੀ ਮਸ਼ਹੂਰ ਅਤੇ ਬਹੁਤ ਜ਼ਿਆਦਾ ਗਰੀਬ ਲੋਕਾਂ ਦੀ ਜੋ ਮਦਦ ਕਰਦੀ ਹੈ, ਉਹ ਕੈਨੇਡਾ ਹੈ। ਤਾਂ ਡਸ ਨੋਟ ਮੈਟਰ, ਤੁਸੀਂ ਕਿਸੇ ਵੀ ਕਾਸਟ ਤੋਂ ਬਿਲੋਂਗ ਕਰਦੇ ਹੋ, ਚਾਹੇ ਤੁਸੀਂ ਕਿਤੋਂ ਵੀ ਆ ਰਹੇ ਹੋ, ਲੰਘ ਰਹੇ ਹੋ, ਤੁਸੀਂ ਉਸ ਸਟੋਰ 'ਤੇ ਜਾ ਕੇ $200 ਤੱਕ ਬਿਲਕੁਲ ਫ੍ਰੀ ਆਫ ਕੋਸਟ ਆਪਣੇ ਲਈ, ਆਪਣੇ ਪਰਿਵਾਰ ਲਈ ਫੂਡ ਲੈ ਸਕਦੇ ਹੋ। ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਟੋਰ ਆ ਜੋ ਪੰਜਾਬੀਆਂ ਨੇ ਹੀ ਓਪਨ ਕੀਤਾ ਹੈ, ਕਿਉਂਕਿ ਪੰਜਾਬੀਆਂ ਦਾ ਬਾਬੇ ਨਾਨਕ ਦਾ 20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਅਤੇ ਆਪਾਂ ਨੂੰ ਉਸਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ। ਕਹਿੰਦੇ ਦਾਣੇ ਦਾਣੇ 'ਤੇ ਲਿਖਿਆ ਹੁੰਦਾ ਖਾਣੇ ਵਾਲੇ ਦਾ ਨਾਮ, ਅਤੇ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰੋ, ਅੱਗੇ ਵਧੋ ਜ਼ਿੰਦਗੀ ਦੇ ਵਿੱਚ।